ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਪੰਜਾਬੀ 4K ਐਂਟਰਟੇਨਮੈਂਟ। ਦੋਸਤੋ, ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਦੁਆਰਾ ਰੂੜੀ ਸਾਹਿਬ, ਜੋ ਕਿ ਸਥਿਤ ਹੈ ਨੀ ਸਿੰਘ ਕਰਨਾਲ। ਦੇਖ ਸਕਦੇ ਤੁਸੀਂ, ਅਸੀਂ ਪਹੁੰਚੇ ਅੱਜ ਨੀ ਸਿੰਘ ਕਰਨਾਲ ਰੋਡ 'ਤੇ ਸਥਿਤ ਹੈ ਗੁਰਦੁਆਰਾ ਰੂੜੀ ਸਾਹਿਬ, ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ। ਇਸ ਦੀ ਹਿਸਟਰੀ ਦੀ ਗੱਲ ਕਰੀਏ ਤਾਂ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ, ਜੋ ਕਿ ਪਾਕਿਸਤਾਨ ਵਿੱਚ ਹੈ, ਉੱਥੋਂ ਲਿਆਂਦੀ ਹੋਈ ਰੋੜੀ ਤੋਂ ਸਥਿਤ ਹੈ ਗੁਰਦੁਆਰਾ ਰੋੜੀ ਸਾਹਿਬ ਨੀ ਸਿੰਘ। ਤੁਸੀਂ ਦੇਖ ਸਕਦੇ ਹੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ, ਜੋ ਕਿ ਨੀ ਸਿੰਘ ਕਰਨਾਲ ਰੋਡ 'ਤੇ ਸਥਿਤ ਹੈ। ਬਹੁਤ ਹੀ ਖੂਬਸੂਰਤ ਬਣਾਇਆ ਹੋਇਆ ਗੁਰਦੁਆਰਾ ਸਾਹਿਬ, ਤੁਸੀਂ ਦੇਖ ਸਕਦੇ ਹੋ। ਇਸ ਦੀ ਇਮਾਰਤ ਦੀ ਗੱਲ ਕਰੀਏ ਤਾਂ ਬਹੁਤ ਹੀ ਖੂਬਸੂਰਤ ਬਣਾਈ ਗਈ ਹੈ, ਹਜੇ ਕੰਮ ਚੱਲ ਰਿਹਾ ਇਮਾਰਤ ਦਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ ਅਤੇ ਉਹਨਾਂ ਦੀ ਬਖਸ਼ੀ ਹੋਈ ਮਿਹਰ ਕਿਰਪਾ ਹੈ। ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਲਿਆਂਦੀ ਗਈ ਰੋੜੀ ਤੋਂ ਸਥਿਤ ਗੁਰਦੁਆਰਾ ਰੋੜੀ ਸਾਹਿਬ ਬਣਿਆ ਹੈ, ਜੋ ਕਿ ਨੀ ਸਿੰਘ ਵਿੱਚ ਹੈ। ਦੇਖ ਸਕਦੇ ਤੁਸੀਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ। ਦੇਖ ਸਕਦੇ ਹੋ ਪਾਲਕੀ ਸਾਹਿਬ, ਆਹ ਦੇਖੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਿਰਪਾ। ਇੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਹੁੰਦੇ ਹਨ। ਦੇਖ ਸਕਦੇ ਹੋ ਇੰਨਾ ਖੂਬਸੂਰਤ ਬਣਾਇਆ ਗਿਆ ਪਾਲਕੀ ਸਾਹਿਬ, ਰੂਹਾਨੀਅਤ ਦਾ ਕੇਂਦਰ ਹੈ। ਦੇਖ ਸਕਦੇ ਗੁਰਦੁਆਰਾ ਸਾਹਿਬ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ। ਦੇਖ ਸਕਦੇ ਦੋਸਤੋ, ਅੱਗੇ ਅਸੀਂ ਤੁਹਾਨੂੰ ਗੁਰਦੁਆਰਾ ਗੁਰਦੁਆਰਾ ਗੋਇੰਦਵਾਲ ਸਾਹਿਬ ਦੇ ਦਰਸ਼ਨ ਕਰਾਵਾਂਗੇ। ਉਸ ਤੋਂ ਬਾਅਦ ਅਸੀਂ ਮਨੀਕਰਨ ਸਾਹਿਬ, ਜੋ ਕਿ ਹਿਮਾਚਲ ਪ੍ਰਦੇਸ਼ 'ਚ ਹੈ, ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਬਣਾਇਆ ਗਿਆ ਗੁਰਦੁਆਰਾ ਸਾਹਿਬ, ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ। ਇਹ ਗੁਰਦੁਆਰਾ ਸਾਹਿਬ ਨੀ ਸਿੰਘ ਕਰਨਾਲ ਰੋਡ 'ਤੇ ਸਥਿਤ ਹੈ, ਮੇਨ ਰੋਡ 'ਤੇ ਹੀ ਆ, ਕਰਨਾਲ ਮੇਨ ਰੋਡ। ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਗੁਰਦੁਆਰਾ ਰੂੜੀ ਸਾਹਿਬ। ਤੁਸੀਂ ਦੇਖ ਸਕਦੇ ਹੋ ਬਾਹਰੋਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ। ਹਜੇ ਦੋਸਤੋ ਇੱਥੇ ਕੰਮ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ, ਹਜੇ ਬਿਲਡਿੰਗ ਤਿਆਰ ਹੋ ਰਹੀ ਆ, ਆਹ ਦੇਖ ਸਕਦੇ ਤੁਸੀਂ, ਹਜੇ ਪੂਰਾ ਤਰ੍ਹਾਂ ਕੰਮ ਕੰਪਲੀਟ ਨਹੀਂ ਹੋਇਆ। ਆਹ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਆ ਮੰਦਰ ਸਾਹਮਣੇ ਨੀ ਸਿੰਘ, ਫੁੱਲ ਵਿਊ ਦੇਖ ਸਕਦੇ ਨੀ ਸਿੰਘ ਦਾ। ਦੇਖ ਸਕਦੇ ਦੋਸਤੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਹਿਲੀ ਪਾਤਸ਼ਾਹੀ ਮਹਾਰਾਜ ਜੀ ਦਾ
ਗੁਰਦੁਆਰਾ ਸਾਹਿਬ ਰੋੜੀ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ, ਉੱਥੋਂ ਲਿਆਂਦੀਆਂ ਰੋੜੀਆਂ ਤੋਂ ਸਥਿਤ ਗੁਰਦੁਆਰਾ ਰੋੜੀ ਸਾਹਿਬ ਨੀਹ ਸਿੰਘ ਵਿੱਚ ਸਥਿਤ ਹੈ, ਕਰਨਾਲ ਰੋਡ। ਤੁਸੀਂ ਦੇਖ ਸਕਦੇ ਹੋ ਇੱਧਰ ਹਜੇ ਕੰਮ ਚੱਲ ਰਿਹਾ ਬਿਲਡਿੰਗ ਦਾ। ਦੋਸਤੋ ਤੁਸੀਂ ਕਦੇ ਇੱਧਰ ਨੂੰ ਆਓ, ਜ਼ਰੂਰ ਦਰਸ਼ਨ ਕਰਨਾ ਗੁਰਦੁਆਰਾ ਸਾਹਿਬ ਦੇ। ਉੱਥੋਂ ਲਿਆਂਦੀਆਂ ਹੋਈਆਂ ਰੋੜੀਆਂ ਅਜੇ ਵੀ ਸਥਿਤ ਹਨ ਗੁਰਦੁਆਰਾ ਸਾਹਿਬ ਵਿੱਚ, ਤੁਸੀਂ ਜ਼ਰੂਰ ਦਰਸ਼ਨ ਕਰਨਾ ਦੇਖ ਸਕਦੇ ਹੋ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ। ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਅੱਗੇ ਵਾਸਤੇ ਹੋਰ ਵਧੀਆ ਵੀਡੀਓ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ। ਤੁਸੀਂ ਦੇਖ ਸਕਦੇ ਦੋਸਤੋ, ਥੈਂਕ ਯੂ ਫੋਰ ਵਾਚਿੰਗ ਪੰਜਾਬੀ 4K ਇੰਟਰਟੇਨਮੈਂਟ ਚੈਨਲ।